ਯੂਜ਼ ਟੂ ਸੇ ਕਿ ਬੋਡੀ ਆਵੇ ਅਤੇ ਤਿਰੰਗੇ ਵਿੱਚ ਆਵੇ, ਇਹਨਾਂ ਦੇ ਆਪਣੇ ਵਰਡ ਸੀਗੇ। ਅਤੇ ਉਹਦਾ ਸਟੇਟਸ ਵਟਸਐਪ ਦੇ ਵਿੱਚ ਇਹ ਸੀ ਕਿ ਆਈ ਡੂ ਨਾਟ ਨੋ ਹਾਉ ਮਾਈ ਸਟੋਰੀ ਵਿਲ ਐਂਡ ਬਟ ਨੋਬਡੀ ਵਿਲ ਸੇ ਆਈ ਗੇਵ ਅਪ। ਹੁਣ ਬਹੁਤ ਮੁਸ਼ਕਿਲ ਲੱਗ ਰਿਹਾ ਕਿ ਮੈਂ ਵਾਪਸ ਜਾਊਂਗੀ ਐਂਡ ਕਾਲ ਤਾਂ ਮੈਂ ਕਰੂੰਗੀ ਮੋਮ ਡੈਡ ਨੂੰ, ਬਟ ਹੁਣ ਵੀਰ ਜੀ ਦਾ ਹਾਲ ਨਹੀਂ। ਇਹ ਗੱਲ ਹੋ ਰਹੀ ਹੈ ਭਾਰਤੀ ਸੈਨਾ ਦੇ ਆਫਿਸਰ ਲੈਫਟੀਨੈਂਟ ਕਰਨਲ ਕਰਨਵੀਰ ਸਿੰਘ ਨੱਥ ਦੀ। ਕਰਨਵੀਰ ਸਿੰਘ ਨੱਥ 2015 ਵਿੱਚ ਕਸ਼ਮੀਰ ਦੇ ਕੁਪਵਾੜਾ ਵਿੱਚ ਇੱਕ ਓਪਰੇਸ਼ਨ ਦੌਰਾਨ ਜ਼ਖਮੀ ਹੋ ਗਏ ਸਨ। ਕਰੀਬ 8 ਸਾਲ ਕੋਮਾ ਵਿੱਚ ਰਹਿਣ ਤੋਂ ਬਾਅਦ ਪਿਛਲੇ ਦਿਨੀ ਉਹਨਾਂ ਦਾ ਦੇਹਾਂਤ ਹੋਇਆ ਹੈ। ਸਟਰਗਲ ਬਹੁਤ ਲੰਬਾ ਸੀ, 8 ਸਾਲ ਬਹੁਤ ਹੁੰਦੇ ਨੇ, ਇਟਸ ਅ ਮੇਜਰ ਪਾਰਟ ਆਫ ਵਨਸ ਲਾਈਫ। ਅਤੇ ਸਟਰਗਲ ਸ਼ੁਰੂ ਤਾਂ ਹੋਇਆ ਸੀ ਹੋਪ ਦੇ ਨਾਲ ਕਿ ਹੀ ਵਿਲ ਬੀ ਫਾਈਨ ਸੂਨ। ਵੀ ਸਟਾਰਟਡ ਪ੍ਰੇਇੰਗ ਬਰੇਵ ਰਹੇ ਐਂਡ ਵੀ ਟਰਾਈਡ ਟੂ ਸਟੇ ਸਟਰੋਂਗ ਕਿ ਠੀਕ ਹੋ ਜਾਣਗੇ। ਹੀ ਵਾਜ਼ ਇਨ ਆਈ ਸੀ ਯੂ ਫੋਰ 10 ਮੰਥਸ, 10 ਮਹੀਨੇ ਆਈ ਸੀ ਯੂ ਦੇ ਬੈੱਡ ਦੇ ਲਾਗੇ ਖੜ੍ਹੇ ਹੋਣਾ ਛੋਟੀ ਚੀਜ਼ ਨਹੀਂ ਹੈ, ਬੱਚੇ ਵੀ ਛੋਟੇ ਸੀਗੇ। ਬਟ ਉਹ ਹੋਪ ਤਾਂ ਸੀਗੀ ਕਿ ਅੱਜ ਨਹੀਂ ਕੱਲ੍ਹ ਨਹੀਂ, ਬਟ ਸਾਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਦਿਨਾਂ ਤੋਂ ਟਰਨ ਇਨ ਟੂ ਵੀਕਸ ਇਨ ਟੂ ਮੰਥਸ ਇਨ ਟੂ ਈਅਰ। ਬਟ ਸਾਡਾ ਐਫਰਟ ਘਟਿਆ ਨਹੀਂ ਕਿਸੇ ਦਾ ਵੀ, ਸਾਰਾ ਕੁਛ ਕਰਨਾ। ਫਿਰ ਮੇਰੇ ਫਾਦਰ ਇਨ ਲਾਅ ਨੇ ਚਲੇ ਜਾਣਾ ਹੋਸਪਿਟਲ, ਫਿਰ 2-3 ਘੰਟੇ ਇਹਨਾਂ ਬੈਠਣਾ, ਫਿਰ ਮੈਂ ਚਲੀ ਜਾਣਾ, ਫਿਰ 2-3 ਘੰਟੇ ਮੈਂ ਬੈਠਣਾ, ਫਿਰ ਮੇਰੇ ਮਦਰ ਇਨ ਲਾਅ ਨੇ ਚਲੇ ਜਾਣਾ। ਰਾਤ ਨੂੰ ਆ ਜਾਈਦਾ ਸੀ ਬੜੇ ਮਾਯੂਸ ਜਿਹੇ ਹੋ ਕੇ, ਹੱਥ 'ਤੇ ਕੁਛ ਨਹੀਂ ਦਿਨ ਭਰ ਦਾ ਲੱਗਿਆ, ਫਿਰ ਅਗਲੇ ਦਿਨ ਫਿਰ ਉੱਦਾਂ ਹੀ ਸ਼ੁਰੂ ਹੋ ਜਾਈਦਾ ਸੀ। ਤਾਂ ਗੱਲਾਂ ਤਾਂ ਹੁਣ ਵੀ ਕਰੀਦੀਆਂ ਸੀ ਹੋਪ 'ਤੇ, ਜਦੋਂ ਤੱਕ ਉਹ ਕਹਿੰਦੇ ਜਬ ਤੱਕ ਸਾਹਸ ਹੈ ਤੋ ਆਸ ਹੈ, ਉਹ ਤਾਂ ਅਜੇ ਤੱਕ ਸੀਗੀ। ਮੈਰੇਕਲ ਦੀ ਵੇਟ ਤਾਂ ਹੈ ਹੀ ਸੀ ਕਿਉਂਕਿ ਸਾਹ ਚੱਲ ਰਹੇ ਨੇ, ਲਾਈਫ ਫੋਰਸ ਹੈ ਵਿੱਚ, ਤਾਂ ਹੋਪ ਤਾਂ ਨਹੀਂ ਮਰਦੀ ਹੈਗੀ ਜਦੋਂ ਤੱਕ ਸਾਹ ਚੱਲ ਰਿਹਾ। ਤਾਂ ਉਹੀ ਹੈ ਕਿ 8 ਸਾਲ ਦੀ ਹੋਪ ਜਿਹੜੀ ਸਾਡੀ ਉਹ ਇੱਕ ਦਿਨ ਆ ਕੇ ਖਤਮ ਹੋ ਗਈ। ਪੰਜਾਬ ਦੇ ਬਟਾਲ ਨਾਲ ਸੰਬੰਧਿਤ ਲੈਫਟੀਨੈਂਟ ਕਰਨਲ ਕਰਨਵੀਰ ਸਿੰਘ ਨੱਥ ਦੀਆਂ 2 ਬੇਟੀਆਂ ਹਨ। 2015 ਵਿੱਚ ਉਹਨਾਂ ਦੀ ਛੋਟੀ ਬੇਟੀ ਦੀ ਉਮਰ ਤਾਂ ਮਹਿਜ 1.5 ਸਾਲ ਦੀ ਸੀ। ਛੋਟੇ ਹੋਣ ਕਾਰਨ ਉਸ ਕੋਲ ਆਪਣੇ ਪਿਤਾ ਦੀ ਕੋਈ ਵੀ ਯਾਦ ਨਹੀਂ ਹੈ। ਸਕੂਲ ਅਤੇ ਉਸ ਤੋਂ ਬਾਅਦ ਹਸਪਤਾਲ ਵਿੱਚ ਪਿਤਾ ਕੋਲ ਬੈਠਣ ਦੇ ਨਾਲ ਹੀ ਇਹਨਾਂ ਦਾ ਬਚਪਨ ਬਤੀਤ ਹੋਇਆ ਹੈ। ਜਿੱਦਾਂ 1-2 ਸ਼ਹੀਦ ਹੋਏ ਉਹਨਾਂ ਦੇ, ਜਿੱਦਾਂ ਡਾਕੂਮੈਂਟਰੀਜ਼ ਆਉਂਦੀਆਂ ਸੀ, ਯੂਜ਼ ਟੂ ਸੇ ਕਿ ਬੋਡੀ ਆਵੇ ਅਤੇ ਤਿਰੰਗੇ ਵਿੱਚ ਆਵੇ, ਇਹਨਾਂ ਦੇ ਆਪਣੇ ਵਰਡ ਸੀਗੇ। ਕਰਨਵੀਰ ਸਿੰਘ ਨੱਤ ਨੂੰ ਫੌਜੀ ਜੀਵਨ ਵਿਰਸੇ ਵਿੱਚੋਂ ਹੀ ਮਿਲਿਆ। ਉਹਨਾਂ ਦੇ ਪਿਤਾ ਵੀ ਭਾਰਤੀ ਸੈਨਾ ਵਿੱਚੋਂ ਲੈਫਟੀਨੈਂਟ ਕਰਨਲ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਹਨ। ਜਦੋਂ ਉਹ ਇੰਜਰ ਹੋ ਕੇ RR ਹਸਪਤਾਲ ਦਿੱਲੀ ਗਿਆ ਅਤੇ 2 ਦਿਨ ਦੇ ਬਾਅਦ ਮੈਨੂੰ ਉਹਦੇ ਜਵਾਨਾਂ ਨੇ ਮੋਬਾਈਲ ਦਿੱਤਾ ਮੇਰੇ ਬੇਟੇ ਦਾ। ਉਹਦੇ ਵਿੱਚ ਜਦੋਂ ਮੈਂ ਦੇਖ ਰਿਹਾ ਸੀ ਖੋਲ੍ਹ ਕੇ, ਅਤੇ ਉਹਦਾ ਸਟੇਟਸ ਵਟਸਐਪ ਦੇ ਵਿੱਚ ਇਹ ਸੀ ਕਿ ਆਈ ਡੂ ਨਾਟ ਨੋ ਹਾਉ ਮਾਈ ਸਟੋਰੀ ਵਿਲ ਐਂਡ ਬਟ ਨੋਬਡੀ ਵਿਲ ਸੇ ਆਈ ਗੇਵ ਅਪ। ਇਹ ਬੜੀ ਵੱਡੀ ਗੱਲ ਆ ਕਿ ਮੇਰਾ ਬੇਟਾ ਜਦੋਂ ਗਿਆ ਇਸ ਕੰਮ ਵਾਸਤੇ, ਜਦੋਂ ਸਰਚ ਆਪਰੇਸ਼ਨ ਵਾਸਤੇ ਗਿਆ, ਅਤੇ ਉਹਦੀ ਮੈਂਟਲ ਸਟੇਟ ਕਿੰਨੀ ਤਗੜੀ ਸੀ। ਸੈਨਾ ਮੈਡਲ ਨਾਲ ਸਨਮਾਨਿਤ ਲੈਫਟੀਨੈਂਟ ਕਰਨਲ ਕਰਨਵੀਰ ਸਿੰਘ ਨੱਤ ਦੀ ਅਮਰੀਕਾ ਰਹਿੰਦੀ ਭੈਣ ਰੁਪਿੰਦਰ ਕੌਰ ਸੇਖੋਂ ਨੇ ਆਪਣੇ ਭਰਾ ਦੀਆਂ ਯਾਦਾਂ ਸਾਡੇ ਨਾਲ ਸਾਂਝੀਆਂ ਕੀਤੀਆਂ।
ਪ੍ਰੋਟੈਕਟਿਵ ਹੁੰਦੇ ਸੀ। ਕੁਛ ਗਲਤ ਹੋਣਾ ਮੇਰੀ ਹਰ ਹਰਕਤ ਉੱਤੇ ਉਹਨਾਂ ਦੀ ਨਜ਼ਰ ਹੁੰਦੀ ਸੀ ਕਿ ਤੂੰ ਇਹ ਗਲਤ ਨਹੀਂ ਕਰਨਾ ਹੈਗਾ। ਐਂਡ ਸੋ ਮੈਂ ਪਿਛਲੇ 8 ਸਾਲਾਂ ਤੋਂ ਐਵਰੀ ਸਿੰਗਲ ਡੇ ਆਈ ਯੂਸ ਟੂ ਕਾਲ, ਆਉਣਾ ਤਾਂ ਮੈਂ ਹੁੰਦਾ ਹੀ ਸੀ ਮਿਲਣ ਲਈ, ਪਰ ਹਰ ਰੋਜ਼ ਕਾਲ ਕਰਨੀ। ਐਂਡ ਪਹਿਲਾ ਸਵਾਲ ਹੁੰਦਾ ਸੀ ਕਿ ਵੀਰ ਜੀ ਦਾ ਦਿਨ ਕਿਸ ਤਰ੍ਹਾਂ ਦਾ ਰਿਹਾ, ਕਿਉਂਕਿ ਉਹ ਕੌਨਸ਼ੀਅਸ ਨਹੀਂ ਸੀ ਹੈਗੇ, ਬਟ ਲਾਈਫ ਸੋਰਸ ਹੈਗਾ ਸੀ, ਬਾਕੀ ਪੈਰਾਮੀਟਰਸ ਬਹੁਤ ਮੈਟਰ ਕਰਦੇ ਨੇ। ਸੋ ਲੱਗਦਾ ਸੀ ਕਿ ਪਤਾ ਹੋਣਾ ਚਾਹੀਦਾ ਹੈ ਕਿ ਵੀਰ ਜੀ ਦਾ ਦਿਨ ਕਿਸ ਤਰ੍ਹਾਂ ਦਾ ਰਿਹਾ, ਅੱਜ ਉਹਨਾਂ ਨੇ ਕੋਈ ਰਿਐਕਸ਼ਨ ਕੀਤਾ ਕਿ ਨਹੀਂ ਕੀਤਾ। ਹੁਣ ਬਹੁਤ ਮੁਸ਼ਕਿਲ ਲੱਗ ਰਿਹਾ ਕਿ ਮੈਂ ਵਾਪਸ ਜਾਊਂਗੀ, ਐਂਡ ਕਾਲ ਤਾਂ ਮੈਂ ਕਰੂੰਗੀ ਮੋਮ ਡੈਡ ਨੂੰ, ਬਟ ਹੁਣ ਵੀਰ ਜੀ ਦਾ ਹਾਲ ਪੁੱਛਿਆ ਜਾਏ।